he was very smart. Oh, smartness, man, is something that I can depend on this. He put on the other carry court this year. Cotton was not second on totally Mawal. In a Patani Mawakatol, and this again, the Lual and Jodom Martin and Dehlo, Spirit Dehlo, Yasham, the Parliament Dehlo, Bilkul Pant, Kari Dazan. Helligan. ਦੂਜੀ ਗੱਲ ਇਹ ਸੀਗੀ ਕਿ ਵੀ ਇਹਨਾਂ ਦੇ ਚਿਹਰੇ ਤੇ ਨਾ ਮੈਂ ਕਦੀ ਵੀ ਰਿੰਕਲ ਨਹੀਂ ਦੇਖੀ ਤੀਸਰੀ ਗੱਲ ਇਹ ਸੀਗੀ ਕਿ ਜਿਹੜੀ ਇਹਨਾਂ ਦੀ ਦਾੜੀ ਸੀਗੀ ਉਹ ਤਾਂ ਸ਼ਾਇਦ ਥੋੜ੍ਹੀ ਜਿਹੀ ਫਿਕਸ ਲਾਉਂਦੇ ਸੀਗੇ ਫਸਟ ਕਲਾਸ ਹੀ ਵਾਸ ਲੁਕਿੰਗ ਵੈਰੀ ਸਮਾਰਟ ਹਾਲੀ ਖਤਮ ਨਹੀਂ ਕੀਤਾ ਹਾਲੀ ਔਰ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਸੁਲਤਾਨ ਮੇਜਰ ਹਰਨਾਮ ਸਿੰਘ ਜਿਹੜਾ ਕਿ ਮੈਨੂੰ ਵੀ ਟੋਕਦਾ ਸੀਗਾ ਪਰਮਜੀਤ ਤ੍ਰੇਨ ਨੂੰ ਵੀ ਕਾਫੀ ਟੋਕਦਾ ਹੁੰਦਾ ਸੀਗਾ ਤੇ ਅਸੀਂ ਫਰੰਟ ਰੋਲ ਵੀ ਕੀਤੇ ਨੇ ਤੇ ਹਰਬਖਸ਼ ਨੂੰ ਤਾਂ 6 ਲੜ ਇੱਧਰ ਤੇ 6 ਲੜ ਇੱਧਰ ਬਰਾਬਰ ਵਿਡਥ ਔਰ ਫਸਟ ਕਲਾਸ ਲਪੇਟੀ ਪਗੜੀ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ 7 ਮਹੀਨੇ ਇਕੱਠੇ ਅਸੀਂ ਬਿਤਾਏ ਤੇ ਅਸੀਂ ਤਾਂ ਰਹਿਣਾ ਕਾਫੀ ਖਾਧਾ ਪਰਮਜੀਤ ਤ੍ਰੇਨ ਤੇ ਮੇਰੇ ਸਾਥੀ ਨੇ ਸਕੂਲ ਦੇ ਕਾਲਜ ਦੇ ਅਸੀਂ ਦੋਨਾਂ ਨੇ ਕਾਫੀ ਰਗੜਾ ਖਾਧਾ ਜਰਨੈਲ ਸਾਹਿਬ ਤਾਂ ਬਹੁਤਾ ਪਤਾ ਨਹੀਂ ਮੈਨੂੰ ਪਰ ਇੰਨਾ ਪਤਾ ਹੈ ਕਿ ਵੀ ਇਹ ਜਦੋਂ ਜਾਂਦੇ ਹੁੰਦੇ ਸੀਗੇ ਵਿਲ ਸਕੇਅਰ ਤੋਂ ਵੈਪਨ ਟ੍ਰੇਨਿੰਗ ਗਰਾਊਂਡ 'ਤੇ ਜਾਂ ਵੈਪਨ ਟ੍ਰੇਨਿੰਗ ਗਰਾਊਂਡ 'ਤੇ ਕਲਾਸਿਸ ਦੇ ਉੱਤੇ ਇਹ ਸਾਈਕਲ ਫੜ ਕੇ ਉਹਨੂੰ ਤਰੀਖਦੇ ਹੁੰਦੇ ਸੀਗੇ ਅਤੇ ਅਸੀਂ ਸਾਈਕਲ ਦੇ ਉੱਤੇ ਬੈਠੇ ਹੁੰਦੇ ਸੀ ਠੀਕ ਗੱਲ ਹੈ ਕਿਉਂ ਜਨਰਲ ਸਾਹਿਬ ਉਹ ਬਾਅਦ ਹੀ ਪਤਾ ਲੱਗਾ ਵੀ ਇਹ ਧਰਮ ਸਾਰੇ ਨੂੰ ਬਿਲੋਂਗ ਕਰਦੇ ਨੇ ਅਤੇ ਉੱਥੇ ਸਾਈਕਲ ਚਲਾਉਣਾ ਪਾਰਕ ਦੇ ਵਿੱਚ ਬੜਾ ਮੁਸ਼ਕਲ ਹੈ ਇੱਕ ਤਾਂ ਇਹਨਾਂ ਦੀ ਸਮਾਰਟਨੈਸ ਬਾਰੇ ਮੈਨੂੰ ਇਹ ਗੱਲ ਯਾਦ ਹੈਗੀ ਹੈ ਓ ਟੀ ਐਸ ਸਕੂਲ ਦੇ ਵਿੱਚ ਫਿਰ ਅਸੀਂ ਏ ਐਸ ਸੀ 'ਚ ਇਕੱਠੇ ਗਏ ਸੀਗੇ ਬਰੇਲੀ ਉੱਥੇ ਵੀ ਇਹੋ ਯਾਦ ਏ ਐਸ ਸੀ ਸਕੂਲ ਬਰੇਲੀ ਉੱਥੇ ਇਹ ਸੀਗਾ ਕਿ ਵੀ ਇਹਨਾਂ ਦਾ ਜਿਹੜਾ ਡਿਸਿਪਲਿਨ ਸੀਗਾ ਨਾ ਉਹ ਸਭ ਲੋਕ ਨੰਬਰ 1 ਉੱਥੇ ਲੜਾਈ ਲੱਗਣ ਵਾਲੀ ਸੀ 65 ਦੀ ਅਤੇ ਸਾਨੂੰ ਇੰਸਟਰਕਸ਼ਨ ਮਿਲੀ ਕਿ ਕੋਈ ਬੰਦਾ ਸਕੂਲ ਛੱਡ ਕੇ ਛੁੱਟੀਆਂ ਹੋ ਗਈਆਂ ਸਨ ਜਾਏਗਾ ਨਹੀਂ ਅਤੇ ਉਹਦੇ ਵਿੱਚ ਇੱਕ ਮੈਚ ਸੀਗਾ ਸ਼ਾਇਦ ਪਰਮਜੀਤ ਵੀ ਸੀਗਾ ਦੋ ਚਾਰ ਹੋਰ ਸੀਗੇ ਅਸੀਂ ਬਗੈਰ ਪਾਸ ਲਏ ਤੁਰ ਕੇ ਬਾਅਦ ਸੈਰ ਕਰਨ ਨੂੰ ਇਹ ਰੁਕ ਗਏ ਉੱਥੇ ਦੋ ਚਾਰ ਬੰਦੇ ਹੋਰ ਹੋਣੇ ਨੇ ਜਰਨੈਲ ਸਾਹਿਬ ਵੀ ਹੋਣੇ ਨੇ ਇਹਨਾਂ ਦਾ ਡਿਸਿਪਲਿਨ ਬੜਾ ਸਖਤ ਸਖਤ ਸੀਗਾ ਉਹਦਾ ਨਤੀਜਾ ਇਹ ਹੋਇਆ ਕਿ ਵੀ ਉਦੋਂ ਇੱਕ ਐਕਸਰਸਾਈਜ਼ ਆਉਂਦੀ ਸੀਗੀ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਵੀ ਏ ਐਸ ਦੇ ਵਿੱਚ ਖਸਰਾਂ ਵੀ ਹੁੰਦੀਆਂ ਨੇ ਅਤੇ ਮਕੈਨੀਕਲ ਟਰਾਂਸਪੋਰਟ ਵੀ ਹੁੰਦੀ ਹੈ ਅਤੇ ਜਿਹੜੇ ਬਗੈਰ ਪਾਸ ਲਏ ਛੁੱਟੀ ਗਏ ਸੀਗੇ ਛੁੱਟੀ ਨਹੀਂ ਸੀ ਮਤਲਬ ਦੌੜ ਗਏ ਸੀਗੇ ਉਹਨਾਂ ਨੂੰ ਉਹਨਾਂ ਨੇ ਖਸਰਾਂ ਫੜਾ ਦਿੱਤੀਆਂ ਔਰ ਇਹਨਾਂ ਨੂੰ ਗੱਡੀਆਂ 'ਚ ਬਿਠਾ ਦਿੱਤਾ ਗਿਆ ਅਸੀਂ ਸਾਰੇ ਹੀ ਬੜੇ ਔਖੇ ਹੋ ਕੇ 3-4 ਦਿਨ ਲਗਾਏ ਅਤੇ ਸਾਰਿਆਂ ਨੂੰ ਕੋਈ ਨਾ ਕੋਈ ਚੋਟ ਲੱਗ ਗਈ ਅਤੇ ਮੈਨੂੰ ਨਾ ਉੱਥੇ ਜਿਹੜੀ ਖੱਚਰ ਦੀ ਪੂਛ ਹੁੰਦੀ ਹੈ ਉਹਨੇ ਪਿੱਛੇ ਪੂਛ ਮਾਰੀ ਅਤੇ ਇੱਥੇ ਬੜੀ ਜ਼ਰੂਰਤ ਨਾਲ ਚੋਟ ਲੱਗ ਗਈ ਅਤੇ ਜਦੋਂ ਐਕਸਰਸਾਈਜ਼ ਖਤਮ ਹੋ ਗਈ ਅਤੇ ਸ਼ਾਮੀ ਪਹੁੰਚੇ ਮੈਂ ਕਿਹਾ ਚਲੋ ਅੱਜ ਜਾ ਕੇ ਦਾਰੂ ਪੀਂਦੇ ਹੈਗੇ ਆ ਬਾਹਰ ਚਲੇ ਗਏ ਅਤੇ ਇਹ ਭਾਈ ਸਾਹਿਬ ਬੜੀ ਫਸਟ ਕਲਾਸ ਪੱਗ ਜੀ ਬਣ ਕੇ ਅਤੇ ਬੈਠੇ ਹੋਏ ਵਿਸਕੀ ਪੀ ਰਹੇ ਅਤੇ ਮੈਨੂੰ ਦੇਖ ਕੇ ਕਹਿੰਦੇ ਵਾ ਪ੍ਰੋਗਰਾਮ ਤੁਹਾਨੂੰ ਕਿਹਾ ਸੀਗਾ ਤੂੰ ਡਿਸਿਪਲਿਨ 'ਚ ਰਿਹਾ ਕਰ ਇਹ ਤਾਂ ਪੜ੍ਹਿਆ ਲਿਖਿਆ ਬੰਦਾ ਹੈਗਾ ਤੂੰ ਵੀ ਨਾਲ ਨਾਲ ਗਿਆ ਹੈਗਾ ਇਹ ਝਿੜਕ ਮੇਰੀ ਮੈਨੂੰ ਇਹਨਾਂ ਦੀ ਹਮੇਸ਼ਾ ਯਾਦ ਰਹਿੰਦੀ ਮੈਂ ਕਦੇ ਭੁੱਲਿਆ ਨਹੀਂ ਹੈਗਾ ਦੂਜੀ ਗੱਲ ਇਹ ਪੜ੍ਹਾਈ ਦੇ ਵਿੱਚ ਬੜੇ ਹੁਸ਼ਿਆਰ ਸੀ ਹਾਲਾਂਕਿ ਮੈਂ ਕਾਲਜ 'ਚ ਮੁੰਡੇ ਨੂੰ ਪੜ੍ਹਾਉਂਦਾ ਹੁੰਦਾ ਸੀਗਾ ਅਸੀਂ ਪੜ੍ਹਦੇ ਨਹੀਂ ਸੀਗੇ ਸ਼ਾਮੀ ਚਲੇ ਜਾਣਾ ਬਾਗ ਦੇ ਵਿੱਚ ਉਹ ਬਲਵੀਰ ਢਿੱਲੋਂ ਸੀਗਾ ਅੱਜ ਸਾਰਾ ਆਇਆ ਨਹੀਂ ਉਹ ਮੇਰੇ ਨਾਲ ਦਾ ਸੀਗਾ ਉਹ ਬਿਲਕੁਲ ਮਾੜਾ ਆਦਮੀ ਸੀਗਾ ਅਤੇ ਉਹ ਜਿਹੜੀ ਅਸੀਂ ਖਤਰਾਂ 'ਚ ਗਏ ਅਤੇ ਜਿਹੜੇ ਮਕੈਨੀਕਲ ਟਰਾਂਸਪੋਰਟ 'ਚ ਗਏ ਉਹਨਾਂ ਨੇ ਕ੍ਰਾਈਟੀਰੀਆ ਬਣਾ ਲਿਆ ਕਿ ਖਤਰਾਂ ਵਾਲੇ ਨੂੰ ਸੀ ਗ੍ਰੇਡ ਦੇਣਾ ਹੈਗਾ ਔਰ ਜਿਹੜੇ ਟਰਾਂਸਪੋਰਟ 'ਚ ਗਏ ਨੇ ਉਹਨਾਂ ਨੂੰ ਏ ਗ੍ਰੇਡ ਦੇਣਾ ਹੈਗਾ ਇਹ ਭਾਈ ਸਾਹਿਬ ਇਕੱਲਾ ਏ ਗ੍ਰੇਡ ਹੀ ਨਹੀਂ ਲੈ ਕੇ ਗਏ ਇਹਨਾਂ ਨੂੰ ਮੈਡਲ ਹੀ ਮਿਲਿਆ ਫਸਟ ਆਇਆ ਸੀਗਾ ਬੜੇ ਲਾਇਕ ਸੀ ਡੀ ਐਸ ਟੀ ਮੈਡਲ ਤਾਂ ਮੈਂ ਹੁਣ ਇਹ ਦੇਖਿਆ ਹੈਗਾ ਕਿ ਵੀ ਇਹ ਜਿਹੜੇ ਇਹਨਾਂ ਦੀ ਪਰਸਨੈਲਿਟੀ ਦੇ ਟ੍ਰੇਟਸ ਹੈਗੇ ਨੇ ਇਹਨਾਂ ਦੇ ਬੇਟੇ ਕਿੱਥੋਂ ਡਾਕਟਰ ਸਾਹਿਬ ਹਾਂ ਵੈਰੀ ਗੁੱਡ ਮੈਂ ਇੱਥੇ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕੀਤੇ ਡਾਕਟਰ ਸਾਹਿਬ ਦੇ ਮੈਂ ਕਿਹਾ ਵੀ ਸ਼ਾਇਦ ਇੱਥੇ ਸੀਨੀਅਰ ਡਾਕਟਰ ਹੈਗੇ ਨੇ ਅਤੇ ਗੱਲਾਂ ਗੱਲਾਂ 'ਚ ਪਤਾ ਲੱਗਾ ਵੀ ਨਹੀਂ ਇਹਨਾਂ ਨੇ ਤਾਂ ਡਾਕਟਰੀ ਵੀ ਕੀਤੀ ਹੈਗੀ ਫੌਜ 'ਚ ਏ ਐਮ ਸੀ 'ਚ 10-12 ਸਾਲ ਉੱਥੇ ਕਰਨੈਲ ਸੀਗੇ 24 ਸਾਲ ਸਰ
ਮਾਰ ਹੋ ਗਈ ਤੇ ਇਹਨਾਂ ਦੇ ਮਿਸਿਸ ਵੀ ਕਰਨੈਲ ਨੇ, ਉਹ ਪੈਥੋਲੋਜਿਸਟ ਹੈਗੇ ਨੇ। ਫਿਰ ਇਹ ਦੇਖਿਆ ਮੈਂ ਸਾਰਾ ਜਾਣ ਤਾਮ ਫਾਰਮ ਹਾਊਸ, ਫਿਰ ਮੈਂ ਅੰਦਰ ਗਿਆ, ਮੈਂ ਦੇਖਿਆ ਬੜੀ ਫਸਟ ਕਲਾਸ ਪੇਂਟਿੰਗ ਚੰਗੀਆਂ ਹੋਈਆਂ ਨੇ। ਇੱਥੇ ਬੜਾ ਵੀ ਕਰਨਲ ਸਾਹਿਬ ਫੌਜ ਵਿੱਚ ਵੀ ਡਾਕਟਰ ਦੇ, ਸਿਵਲ 'ਚ ਵੀ ਆ ਰਹੇ। ਮੈਂ ਕਿਹਾ ਪੈਸਾ ਬਹੁਤ ਇਕੱਠਾ ਕੀਤਾ ਹੋਣਾ, ਪਰ ਮੈਂ ਕਿਹਾ ਨਹੀਂ, ਪੈਸਾ ਤਾਂ ਭਾਵੇਂ ਇਕੱਠਾ ਕੀਤਾ ਹੋਣਾ ਪਰ ਪੇਸ ਵੀ ਬੜੇ ਹਾਈ ਹੈਗੇ। ਫਸਟ ਕਲਾਸ ਪੇਂਟਿੰਗ ਤੁਸੀਂ ਜੇ ਨਹੀਂ ਦੇਖਿਆ ਤਾਂ ਦੇਖ ਲੈਣੀ। ਤਾਂ ਹੋਰ ਵੀ ਜਿਹੜਾ ਵੀ ਕਮਰੇ ਨੇ ਜਾਂ ਜੋ ਵੀ ਹੋਰ ਚੀਜ਼ ਹੈਗੀ ਹੈ, ਪਿਕਚਰ ਹੈਗੇ ਨੇ, ਬਹੁਤ ਅੱਛੇ ਹੈਗੇ। ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਵੀ ਜਿਹੜੇ ਟ੍ਰੇਡਸ ਹਰਬਖਸ਼ ਹੋਰਾਂ ਸੀਗੇ, ਉਹ ਇਹਨਾਂ ਦੇ ਬੇਟੇ ਡਾਕਟਰ ਤੇਜਿੰਦਰ ਸਿੰਘ ਨੇ ਇਨਹੈਰਿਟ ਕੀਤੇ ਨੇ। ਔਰ ਬਹੁਤ ਮੈਨੂੰ ਇੱਦਾਂ ਲੱਗਦਾ ਕਿ ਵੀ ਜਿਸ ਤਰ੍ਹਾਂ ਖੜ੍ਹੇ ਹੁੰਦੇ ਨੇ, ਜਿਸ ਤਰ੍ਹਾਂ ਦੂਰ ਦੀ ਦੇਖਦੇ ਹੈਗੇ ਨੇ, ਔਰ ਬਹੁਤ ਜਲਦੀ, ਹਾਲਾਂ ਤਾਂ ਬਿਲਕੁਲ ਯੰਗ ਲੱਗਦੇ ਹੈਗੇ ਨੇ, ਇਹਨਾਂ ਨੂੰ ਬਹੁਤ ਤਰੱਕੀ ਕਰਨੀ ਹੈਗੀ ਹੈ। ਅਤੇ ਮੈਂ ਚਾਹੁੰਦਾ ਹੈਗਾ ਐਜ਼ ਅ ਫਰੈਂਡ ਆਫ ਹਰਬਖਸ਼ ਕਿ ਬੱਚੇ ਇਹਨਾਂ ਦੇ ਤਰੱਕੀ ਕਰਨ, ਅਤੇ ਬੱਚੇ ਤਰੱਕੀ ਕਰਨਗੇ ਅਤੇ ਜਿਹੜੇ ਅਸੀਂ ਬੁੜੇ ਆਦਮੀ ਹੈਗੇ ਹਾਂ, ਇਹ ਸਾਡੇ ਲਈ ਦੁਆ ਦਾ ਕੰਮ ਕਰੇਗੀ। ਦਵਾਈਆਂ ਦੇਣ ਦੀ ਲੋੜ ਨਹੀਂ ਹੈਗੀ, ਉਹ ਆਪੇ ਤਰੱਕੀ ਕਰਦੇ। ਤਾਂ ਮੇਰੀ ਇਹੋ ਹੀ ਰੱਬ ਅੱਗੇ ਅਰਦਾਸ ਹੈਗੀ ਹੈ ਕਿ ਇਹ ਲੰਬੀ ਉਮਰ ਹੋਵੇ, ਸਿਹਤ ਹੋਵੇ, ਬੱਚੇ ਦੀ ਤਰੱਕੀ ਕਰਨ। ਥੈਂਕ ਯੂ। Ladies and gentlemen, first of all, my heartiest congratulations to Maj Harbakhsh and Dr. Bhatti and the entire family. And it's really not good, it is outstanding, and may I request to all to give him a big hand for this achievement. Thank you. Thank you so much. Thank you so much. Now I want to tell you, which perhaps my friend Suman has, he could not neglect it. We were roommates. And in the morning when we were to get ready, as dono ne ji paake puni puni banani. Puni banani. Us to baad jaldi jaldi pet waste taiyar hona. Phir ਇਹਨਾਂ ਨੇ ਬਿਸਤਰ ਬੈੱਡ ਬੁੱਡ ਅਸੀਂ ਆਪੇ ਠੀਕ ਕਰਦੇ ਸੀ, ਇਹਨਾਂ ਨੇ ਵੀ ਠੀਕ ਕਰਨੇ, ਕੁਛ ਇਹਨਾਂ ਦੇ ਵੱਟ ਵੁੱਟ ਵਿੱਚੇ ਰਹਿ ਜਾਂਦੇ। ਮੈਨੂੰ ਪਤਾ ਸੀ ਕਿ ਕੋਈ ਨਾ ਕੋਈ ਪਨਿਸ਼ਮੈਂਟ ਰਣੀ ਜਾਂਦੇ ਜਾਂਦੇ, ਮੈਂ ਫਿਰ ਵੀ ਹੱਥ ਹੁੱਥ ਫੇਰ ਲਾਉਂਦਾ ਹੁੰਦਾ ਸੀ। ਸੋ ਆਈ ਵਾਂਟ ਟੂ ਕੰਗਰੈਚੁਲੇਟ ਆਲ ਦਾ ਫੈਮਿਲੀ ਮੈਂਬਰਸ ਵਾਂਸ ਅਗੇਨ, ਐਂਡ ਆਈ ਵਿਸ਼ ਐਂਡ ਅਨਦਰ ਇਨਫੋਰਮੇਸ਼ਨ, ਮੋਸਟ ਆਫ ਦਾ ਪੀਪਲ ਡੋਂਟ ਨੋ, ਹੀ ਹੈਜ਼ ਮੇਡ ਅ ਬਿਊਟੀਫੁਲ ਹੋਸਪਿਟਲ of 15 canal in Mohali, that is multi-specialty hospital, and you must visit once at least, and please give him a big hand for that also. Thank you so much, and request whatsoever we could look at, my friend, he has already explained it, and now I hand over to Maj Harbakhsh Singh. Thank you so much.